ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਮਨਜੀਤ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਪੰਜਾਬੀ ਕੁਕਿੰਗ ਚੈਨਲ ਦੇ ਵਿੱਚ। ਅੱਜ ਜਿਹੜੀ ਵੀਡੀਓ ਆਪਾਂ ਬਣਾਉਣ ਲੱਗੇ ਹਾਂ, ਇਹਦੇ ਵਿੱਚ ਆਪਾਂ ਹਰੀ ਮੂੰਗੀ ਬਣਾ ਕੇ ਤਿਆਰ ਕਰਾਂਗੇ। ਮੇਰੇ ਇੱਕ ਵਿਊਵਰ ਨੇ ਕਾਫੀ, ਉਹਨਾਂ ਨੇ ਰਿਕੁਐਸਟ ਕੀਤੀ ਸੀ ਕਿ ਇਹ ਵੀਡੀਓ ਜਿਹੜੀ ਤੁਸੀਂ ਅਪਲੋਡ ਕਰੋ। ਤੇ ਇਹ ਜਿਹੜੇ ਆਪਾਂ ਦਾਲ ਜਿਹੜੀ ਆ ਤੌੜੀ ਦੇ ਵਿੱਚ ਬਣਾਵਾਂਗੇ, ਤੇ ਤੌੜੀ ਦੇ ਵਿੱਚ ਜਿਹੜੀ ਦਾਲ ਬਣਨ ਨੂੰ ਥੋੜਾ ਟਾਈਮ ਲੱਗ ਜਾਂਦਾ ਹੈ। ਤੇ ਪਰ ਜੇ ਤੁਸੀਂ ਕੁੱਕਰ ਦੇ ਵਿੱਚ ਬਣਾਉਂਦੇ ਹੋ ਤਾਂ ਇਹ ਜਿਹੜੀ ਦਾਲ ਆ ਬਹੁਤ ਛੇਤੀ ਬਣ ਕੇ ਤਿਆਰ ਹੋ ਜਾਂਦੀ ਹੈ। ਤੇ ਕੁੱਕਰ ਦੇ ਵਿੱਚ ਤੁਸੀਂ 2 ਸੀਟੀਆਂ ਇਹਦੀਆਂ, 2 ਜਾਂ 3 ਸੀਟੀਆਂ ਲਵਾ ਲੈਣੀਆਂ ਨੇ। ਉਸ ਤੋਂ ਬਾਅਦ ਤੁਸੀਂ ਚੈੱਕ ਕਰ ਲੈਣਾ ਕਿ ਦਾਲ ਜਿਹੜੀ ਬਣ ਗਈ ਆ। ਜੇ ਤੁਹਾਨੂੰ ਲੱਗੇ ਕਿ ਦੁਬਾਰਾ ਕੋਈ ਸੀਟੀ ਲਵਾਉਣੀ ਚਾਹੀਦੀ ਆ ਤਾਂ ਤੁਸੀਂ ਲਵਾਉਣੀ, ਨਹੀਂ ਤੁਸੀਂ ਉਹਨੂੰ ਢੱਕਣ ਖੋਲ ਕੇ ਖੁੱਲ੍ਹਾ ਹੀ ਪਕਾਉਣਾ ਆ। ਇਹਨੂੰ ਬਣਾਉਣ ਲਈ ਆਪਾਂ ਨੂੰ ਕੋਈ ਜ਼ਿਆਦਾ ਸਮਾਨ ਨਹੀਂ ਚਾਹੀਦਾ, ਸਿਰਫ ਤੜਕੇ ਵਿੱਚ ਜਿਹੜਾ ਆਪਾਂ ਨੂੰ ਲਸਣ ਪਿਆ ਚਾਹੀਦਾ ਉਹ, ਤੇ ਬਾਕੀ ਜਿਹੜੀ ਆਪਾਂ ਦਾਲ ਲਈ ਆ। ਦਾਲ ਆਪਾਂ ਧੋ ਕੇ ਰੱਖੀ ਹੋਈ ਆ, ਇਹਨੂੰ ਆਪਾਂ ਹੁਣ ਤੋੜੀ ਦੇ ਵਿੱਚ ਪਾ ਦਾਂਗੇ, ਪਾਣੀ ਜਿਹੜਾ ਸਾਡਾ ਗਰਮ ਪਿਆ ਹੈ। ਤੇ ਵੀਡੀਓ ਪਸੰਦ ਆਈ, ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ। ਚੈਨਲ ਤੇ ਜੇ ਪਹਿਲੀ ਵਾਰੀ ਆ ਕੇ ਵੀਡੀਓ ਦੇਖਦੇ ਪਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਦਾਲ ਨੂੰ ਜਿਹੜਾ ਮੈਂ ਚੰਗੀ ਤਰ੍ਹਾਂ 4-5 ਵਾਰੀ ਪਾਣੀ 'ਚ ਧੋ ਲਿਆ, ਤੇ 15 ਕੁ ਮਿੰਟ ਪਹਿਲਾਂ ਧੋ ਕੇ ਆਪਾਂ ਰੱਖ ਲਿਆ ਸੀ ਦਾਲ ਨੂੰ। ਬਾਕੀ ਪਿਆਜ਼ ਆ, 2 ਟਮਾਟਰ ਨੇ, ਅਦਰਕ ਲਸਣ ਧਨੀਆ, 2 ਹਰੀਆਂ ਮਿਰਚਾਂ ਤੇ 2 ਹਰੇ ਪਿਆਜ਼, ਇਹ ਜਿਹੜੀਆਂ ਸਾਰੀਆਂ ਚੀਜ਼ਾਂ ਆਪਾਂ ਕੱਟ ਕੇ ਤਿਆਰ ਕਰ ਲੈਣੀਆਂ ਨੇ। ਤੇ ਪਹਿਲਾਂ ਹੁਣ ਜਿਹੜੀ ਦਾਲ ਆ ਇਹ ਆਪਾਂ ਉਹਦੇ ਵਿੱਚ ਤੋੜੀ 'ਚ ਪਾ ਦੇਣੀ ਆ। ਪਾਣੀ ਜਿਹੜਾ ਆ ਸਾਡਾ ਉਬਲਣ ਲੱਗ ਗਿਆ ਆ। ਹੁਣ ਆਪਾਂ ਇਹਦੇ ਵਿੱਚ 2 ਜਿਹੜੀਆਂ ਆਪਾਂ ਹਰੀਆਂ ਮਿਰਚਾਂ ਲਈਆਂ ਉਹ, ਤੇ 5-7 ਕਲੀਆਂ ਜਿਹੜੀਆਂ ਲਸਣ ਦੀਆਂ ਆ ਉਹ ਪਹਿਲਾਂ ਸਾਫ ਕੇ ਪਾ ਦੇਣੀਆਂ ਆ। 1 ਪਿਆਜ਼ ਜਿਹੜਾ ਆ ਉਹ ਵੀ ਆਪਾਂ ਪਾ ਦੇਣਾ ਆ। ਲੂਣ ਜਿਹੜਾ ਸਵਾਦ ਦੇ ਹਿਸਾਬ ਨਾਲ ਪਾਉਣਾ ਆ, 1/2 ਚਮਚਾ ਲਾਲ ਮਿਰਚ ਦਾ, 1 ਚਮਚਾ ਜਿਹੜਾ ਆ ਹਲਦੀ ਦਾ ਪਾ ਦੇਣਾ ਆ। ਤੇ ਇਹਨੂੰ ਹੁਣ ਆਪਾਂ ਰਿੱਝਣ ਦੇਣਾ ਆ ਦਾਲ ਨੂੰ। ਜਦੋਂ ਤੱਕ ਦਾਲ ਆਪਣੀ ਰਿੱਝਦੀ ਪਈ ਆ ਬਾਕੀ ਚੀਜ਼ਾਂ ਜਿਹੜੀਆਂ ਆ ਆਪਾਂ ਤਿਆਰ ਕਰ ਲੈਣੀਆਂ ਨੇ। ਹਰਾ ਪਿਆਜ਼ ਜਿਹੜਾ ਆਪਾਂ ਕੱਟ ਕੇ ਇਹਨੂੰ ਮੈਂ ਧੋ ਲਿਆ ਆ, ਅਤੇ ਜਿਹੜਾ ਇਹਦਾ ਚਿੱਟਾ ਹਿੱਸਾ ਇਹ ਆਪਾਂ ਪਿਆਜ਼ 'ਚ ਹੀ ਕੱਟ ਲਾਂਗੇ। ਦਾਲ ਦੇਖੋ ਜਿਹੜੀ ਸਾਡੀ ਕਾਫੀ ਹੱਦ ਤੱਕ ਬਣ ਗਈ ਆ। ਇਹ ਦਾਲ ਜਿਹੜੀ ਆ ਮੂੰਗੀ ਦੀ ਦਾਲ ਬਹੁਤ ਛੇਤੀ ਬਣ ਕੇ ਤਿਆਰ ਹੋ ਜਾਂਦੀ ਹੈ। ਜੇ ਤੁਸੀਂ ਕੁੱਕਰ 'ਚ ਵੀ ਬਣਾਉਂਦੇ ਹੋ ਇਹਨੂੰ 2 ਸੀਟੀਆਂ ਹੀ ਲਵਾਉਣੀਆਂ ਆ, ਜ਼ਿਆਦਾ ਨਹੀਂ ਇਹਨੂੰ ਸੀਟੀਆਂ ਲਵਾਉਣੀਆਂ। 2 ਸੀਟੀਆਂ ਲਵਾਉਣ ਤੋਂ ਬਾਅਦ ਢੱਕਣ ਖੋਲ੍ਹ ਕੇ ਤੁਸੀਂ ਚੈੱਕ ਕਰਨਾ ਆ, ਅਤੇ ਜੇ ਤੁਹਾਨੂੰ ਲੱਗੇ ਕਿ ਹਲੇ ਥੋੜ੍ਹੀ ਜਿਹੀ ਕਸਰ ਹੈਗੀ ਆ ਤਾਂ ਫਿਰ ਤੁਸੀਂ ਦੁਬਾਰੇ ਉਹਦੀ ਸੀਟੀ ਨਹੀਂ ਲਵਾਉਣੀ, ਉਹਨੂੰ ਖੁੱਲ੍ਹੇ ਢੱਕਣ ਨਾਲ ਹੀ ਉਹਨੂੰ ਪੱਕਣ ਦੇਣਾ ਆ। ਅਤੇ ਦਾਲ ਹਲੇ ਆਪਾਂ ਚੰਗੀ ਤਰ੍ਹਾਂ ਹਲੇ ਪੱਕਣ ਦੇਵਾਂਗੇ।
दाल जिहड़ी साडी बन के देखो तैयार हो गई है। थोड़ी जी पतली रखी है आपां क्योंकि जो तड़का आपां इहदे विच पाउणा है फिर इहने होर ज़्यादा संघनी हो जाणा है। इहनूं आपां थल्ले तार लैणा है। घिओ आपां पा देणा है, घिओ नूं गर्म कर लैंदे हां। ਇਹ 'ਚ ਆਪਾਂ ਇੱਕ ਚਮਚਾ ਜਿਹੜਾ ਜੀਰੇ ਦਾ ਪਾ ਦੇਣਾ ਆ ਅਤੇ ਨਾਲ ਹੀ ਆਪਾਂ ਜਿਹੜਾ ਲਸਣ ਆ ਉਹ ਆਪਾਂ ਪਾ ਕੇ ਭੁੰਨ ਲੈਣਾ ਆ। प्याज नाल ही जिहड़ा आपां अदरक आ उह वी पा लैणा है। ਥੋੜ੍ਹਾ ਜਿਹਾ ਪਿਆਜ਼ ਨੂੰ ਬਸ ਆਪਾਂ ਹੋਰ ਭੁੰਨਣਾ ਆ। ਦੇਖੋ ਜਿਹੜੀ ਦਾਲ ਹੁੰਦੀ ਆ ਉਹ ਤੜਕੇ ਦੇ ਸਿਰ 'ਤੇ ਹੀ ਹੁੰਦੀ ਆ, ਤੜਕਾ ਵਧੀਆ ਤਰੀਕੇ ਨਾਲ ਲੱਗਿਆ ਹੋਊਗਾ ਅਤੇ ਦਾਲ ਜਿਹੜੀ ਆ ਸਵਾਦ ਲੱਗਣੀ ਆ। ਪਿਆਜ਼ ਜਿਹੜਾ ਸਾਡਾ ਉਹ ਭੁੰਨ ਹੋ ਗਿਆ, ਟਮਾਟਰ ਜਿਹੜੇ ਆ ਉਹ ਪਾ ਲੈਣੇ ਆ ਆਪਾਂ। ਟਮਾਟਰਾਂ ਨੂੰ ਆਪਾਂ ਉੱਪਰੋਂ ਢੱਕ ਕੇ ਪਕਾਵਾਂਗੇ, ਫਿਰ ਟਮਾਟਰ ਜਿਹੜੇ ਆ ਸਾਡੇ ਛੇਤੀ ਪੱਕ ਜਾਂਦੇ ਆ। ਭੁੰਨ ਹੋ ਗਏ ਟਮਾਟਰ ਜਿਹੜੇ ਸਾਡੇ ਆ ਚੰਗੀ ਤਰ੍ਹਾਂ। ਹੁਣ ਆਪਾਂ ਇਹਦੇ ਵਿੱਚ ਜਿਹੜਾ ਸਾਡਾ ਧਨੀਆ ਆ ਆਪਾਂ ਧੋ ਪਾਣੀ 'ਚ ਪਾ ਕੇ ਰੱਖਿਆ ਆ ਉਹ ਪਾ ਦੇਣਾ। ਦਾਲ ਆਪਾਂ ਆਪਣੇ ਡੋਂਗੇ 'ਚ ਕੱਢ ਲੈਣੀ ਆ। ਦੇਖੋ ਦਾਲ ਜਿਹੜੀ ਆ ਸਾਡੀ ਬਣ ਕੇ ਤਿਆਰ ਆ, ਤੜਕਾ ਆਪਾਂ ਲਾ ਲਿਆ ਆ ਇਹਨੂੰ। ਪਰ ਇਹਨੂੰ ਆਪਾਂ ਜਿੱਦਾਂ ਢਾਬੇ ਦੇ ਵਿੱਚ ਜਦੋਂ ਦਿੰਦੇ ਆ ਸਰਵ ਕਰਦੇ ਆ ਦਾਲ ਉਦੋਂ ਜਿੱਦਾਂ ਤੜਕਾ ਲਾਉਂਦੇ ਆ, ਇਹਨੂੰ ਉੱਪਰੋਂ ਦੀ ਫਿਰ ਆਪਾਂ ਇੱਕ ਜਿਹੜਾ ਤੜਕਾ ਆ ਉਹ ਲਾਵਾਂਗੇ। ਉਸੇ ਜਿਹੜਾ ਫਰਾਈ ਪੈਨ ਸਾਡਾ ਆ ਉਹਦੇ ਵਿੱਚ ਆਪਾਂ ਇੱਕ ਚਮਚਾ ਜਿਹੜਾ ਆ ਘਿਓ ਦਾ ਪਾਉਣਾ ਆ, ਇਹਨੂੰ ਗਰਮ ਕਰ ਲੈਂਦੇ ਹਾਂ। ਇਹ 'ਚ ਆਪਾਂ ਪਾਣੀ ਇੱਕ ਚਮਚਾ ਕਸ਼ਮੀਰੀ ਲਾਲ ਮਿਰਚ ਅਤੇ ਚਾਰ ਜਿਹੜੀਆਂ ਪਾ ਦੇਣੀਆਂ ਨੇ ਤਿੰਨ ਚਾਰ ਸੁੱਕੀਆਂ ਮਿਰਚਾਂ,
इनू आप थोड़ा जि ऐसा भुन लेना हिला के अद्धे क मिनट लिए आप इन्हों भुनिया है। इनू आप दाल के उत्ते पा देना है। थोड़ा जि आप इदा इन हिला लेना है दाल न। देखो मूंगी की दाल देखो जी सा बन के तैयार आ। देखो जी तो आप उपर तो ऐसा जो तड़का लाया देखने भी वधिया लगती है खाने के जो स्वाद हैगा ही बहुत वधिया आ। इनू तुसी चौलां दे नाल रोटी दे नाल जां परौंठे दे नाल बना के सर्व कर सकते हो। इसे तरीके दे नाल बनाए। वीडियो पसंद आई वीडियो नू लाइक करो शेयर करिया करो वीडियो नू चैनल ते जे पहली बारी आके वीडियो देखते पे चैनल नू सबसक्राइब जरूर करो। कमेंट करके जरूर दस्यो कि वीडियो तुहानू किवें दी लगी। वीडियो देखने लई बहुत बहुत धन्यवाद।